ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਟਰਾਂਸਪੋਰਟ ਐਡਵਾਈਜ਼ਰੀ ਕਮੇਟੀ ਅਤੇ ਰੂਲ ਫੋਲੋ ਕਲੱਬ ਵੱਲੋਂ ਟ੍ਰੈਫਿਕ ਸੰਬੰਧੀ ਇੱਕ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ, ਜਿਸ ਵਿੱਚ ਖਾਸ ਤੌਰ 'ਤੇ ਤੇਜ਼ ਰਫ਼ਤਾਰ ਗੱਡੀ ਨਾ ਚਲਾਉਣ ਅਤੇ ਡਰਾਈਵਿੰਗ ਕਰਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਗਿਆ। ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ 'ਤੇ ਸਟੇਟ ਟਰਾਂਸਪੋਰਟ ਅਡਵਾਈਜ਼ਰੀ ਕਮੇਟੀ ਅਤੇ ਰੂਲ ਫੋਲੋ ਕਲੱਬ ਵੱਲੋਂ ਸਾਂਝਾ ਟ੍ਰੈਫਿਕ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਵਾ। ਇਹਦੇ ਵਿੱਚ ਟ੍ਰੈਫਿਕ ਦੇ ਬੁਲਾਰਿਆਂ ਨੇ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਔਰ ਲੋਕਾਂ ਨੂੰ ਟ੍ਰੈਫਿਕ ਦੇ ਨਿਯਮ ਆ ਜਿਹੜੇ ਉਹਨਾਂ ਬਾਰੇ ਬਹੁਤ ਮਤਲਬ ਜਾਗਰੂਕ ਹੋਣ 'ਤੇ ਜਿਹੜੀ ਆ ਟ੍ਰੈਫਿਕ ਜਿਹੜੀ ਆ ਉਹ ਚਲਾਉਣ ਲਈ ਅਵੇਅਰ ਕੀਤਾ। ਲੋਕਾਂ ਨੂੰ ਬੇਨਤੀ ਕੀਤੀ ਆ ਕਿ ਜਿਹੜੀਆਂ ਗੱਡੀਆਂ ਹੈਲਮਟ ਪਾ ਕੇ ਚਲਾਓ ਔਰ ਮੋਬਾਈਲ ਨਾ ਸੁਣੋ, ਤੇਜ਼ ਰਫ਼ਤਾਰ ਗੱਡੀ ਨਾ ਚਲਾਓ। ਇਹਦੇ ਬਾਰੇ ਜਿਹੜੀ ਆ ਲੋਕਾਂ ਨੂੰ ਅਵੇਅਰਨੈਸ ਕੀਤਾ ਔਰ ਅਸੀਂ ਇਹਨਾਂ ਨੂੰ ਜਾਗਰੂਕ ਕੀਤਾ। ਅਸੀਂ ਆਸ ਕਰਦੇ ਹਾਂ ਕਿ ਜਿਹੜਾ ਸਾਡਾ ਉਪਰਾਲਾ ਵਾ ਇਹਦੇ ਉੱਪਰ ਲੋਕ ਸਾਡੇ ਨਾਲ ਜੁੜਨਗੇ ਔਰ ਟ੍ਰੈਫਿਕ ਨਿਯਮਾਂ ਦੀ ਜਿਹੜੀ ਉਹ ਪਾਲਣਾ ਕਰਨਗੇ। ਟਿੰਕੂ ਦੀ ਰਿਪੋਰਟ, KDT ਨਿਊਜ਼ TV, ਲੁਧਿਆਣਾ।